असलामुअलैकुम सति श्री अकाल मित्रों बेलियो सजनों किदा हाल चाल वेलकम बैक टू तगड़ा रिएक्शन। ते मित्रों आज जेड़ा सी गीत लेके आए हैं ना वेरी रिकमेंडेड बढ़िया इनफॉरमेशन एदियां सौ दा नोट जी मोहम्मद सदीक एंड सुखजीत कौर इन्हां ने गाना इहनूं ते असी सुनना है जी ते तुसी वी साडे नाल सुणियो पूरा गीत ते जिन्हां ने सानूं भेजिया ना जिन्ने बंदे ने वी कमेंट कीता ना ये गीत असल च वाहवा सारे ने कीता ते मैं नां नहीं लै सकदा कोई इक होवे ते बंदा नां लवे ना क्योंकि वाहवा सारे ने ते मेरे ख्याल 10 मिनट फिर वीडियो विच ही लंघ जाणगे नां लैण जी कि किहड़े किहड़े बंदे ने आख्या सानूं है ना। हां जी ते इन्हां ने कहा कि तुसी इहदे ते रिएक्शन दोगे तुहानूं वी मजा आएगा ते जिहड़े वेखण वाले ने उहनां नूं वी मजा आएगा इहदा ते स्टार्ट करते हैं। तो मित्रों जिहड़ियां साडियां नेक्स्ट वीडियो आने वाली ने वो असीं तुहानूं उत्ते चला के दिखा देने कि अगे इस तों बाद असीं की देखण वाले आ ताकि तुहानूं पता लग जाए कि साडियां किहड़ियां किहड़ियां वीडियो आ रही ने। ठीक है हैलो ते हुण स्टार्ट करिए फिर सोंग। हैलो पढ़ो मोहम्मद सदीक बीबा सुखजीत कौर आपां पिंडां दे रहण वाले लोक हैं सवेरे शामी खेतां वल जाईदा खेतां विच दरख्तां दे उत्ते पंछियां दे आलणे पाए हुंदे ने जदों किसे पंछी दे आलणे दे विच उहदे बोट दे खंभ निकलदे ने ਉਹ ਦੂਜੇ ਪੰਛੀਆਂ ਵਾਂਗੂ ਉਡਾਰੀ ਮਾਰਨਾ ਚਾਹੁੰਦਾ ਹੁੰਦਾ ਇੱਕ ਟਾਣੀ ਤੋਂ ਦੂਜੀ 'ਤੇ ਦੂਜੀ ਤੋਂ ਤੀਜੀ 'ਤੇ ਤੀਜੀ ਤੋਂ ਚੌਥੀ 'ਤੇ ਇਹੀ ਇਨਸਾਨੀ ਸੁਭਾਅ ਹੈ ਫਿਤਰਤ ਇਨਸਾਨ ਦੀ ਜਦੋਂ ਕੋਈ ਗੱਭਰੂ 17-18 ਸਾਲ 'ਚ ਪੈਰ ਧਰਦਾ ਉਦੋਂ ਉਹਦਾ ਜੀ ਅੰਦਰ ਨਹੀਂ ਲੱਗਦਾ ਹੁੰਦਾ ਉਹ ਦਰਾਂ 'ਚ ਆ ਕੇ ਖੜਦਾ ਹੁੰਦਾ ਉੱਥੋਂ ਦੀ ਕੌਣ ਆਉਂਦਾ ਕੌਣ ਜਾਂਦਾ ਕੌਣ ਲੰਘਦਾ ਕੌਣ ਖੜਦਾ ਇਸ ਗੱਲ 'ਤੇ ਸ਼ਾਇਦ ਉਹਨੂੰ ਕੋਈ ਬਹੁਤਾ ਮਤਬਲ ਨਹੀਂ ਹੁੰਦਾ ਪਰ ਜੀ ਨਹੀਂ ਅੰਦਰ ਲੱਗਦਾ ਹੁੰਦਾ ਇਵੇਂ ਜਿਵੇਂ ਦੋਸਤੋ ਇੱਕ ਗੱਭਰੂ ਜਦੋਂ ਆਪਣੇ ਦਰਾਂ ਮੂਹਰੇ ਖੜ੍ਹੇ ਉਹਦੇ ਹਾਣਦੇ ਨੇ ਦੇਖ ਲਿਆ ਉਹ ਸਮਝ ਗਏ ਵੀ ਹੁਣ ਤਾਂ ਪੰਛੀ ਉਡਾਰੀ ਮਾਰਨ ਵਾਲਾ ਹੈ ਸਿਰਫ ਇਸ਼ਾਰਾ ਹੀ ਪਾੜਦਾ ਪਤਾ ਨਹੀਂ ਜਾਂਦੇ ਹੋਏ ਉਹਦੇ ਕੰਨ 'ਚ ਕੀ ਫੂਕ ਮਾਰ ਗਿਆ ਹੁਣ ਤਾਂ ਗੱਭਰੂ ਸ਼ਹਿਰ ਦੇਖਣ ਵਾਸਤੇ ਉਤਾਵਲਾ ਹੋ ਗਿਆ ਬੜੇ ਬਹਾਨੇ ਬਣਾਉਂਦਾ ਬੜੀਆਂ ਸਕੀਮਾਂ ਕੱਢਦਾ ਪਰ ਕੋਈ ਸਕੀਮ ਸਿਰੇ ਨਾ ਚੜੀ ਕਰਦੇ ਨੇ ਸ਼ਹਿਰ ਜਾਣ ਹੀ ਨਾ ਦਿੱਤਾ ਇੱਕ ਦਿਨ ਗੱਭਰੂ ਨੇ ਦੇਖਿਆ ਅੱਜ ਬਾਈ ਜੀ ਕਰ ਨਹੀਂ ਹੈਗੇ ਇਕੱਲੀ ਭਰਜਾਈ ਹੈ ਭਰਜਾਈ ਦਾ ਗਲ ਪੈ ਗਿਆ ਕਹਿੰਦਾ ਪੈਸੇ ਕੱਢ ਮੈਂ ਸ਼ਹਿਰੋਂ ਸੌਦਾ ਪੱਤਾ ਲੈ ਕੇ ਆਵਾਂ ਭਰਜਾਈ ਆਦੀ ਹੈ ਕੰਮ ਤੇਰੇ ਬਾਈ ਦਾ ਅੱਗੇ ਵੀ ਉਹੀ ਲਾਉਂਦਾ ਹੁੰਦਾ ਹੁਣ ਵੀ ਉਹੀ ਲਿਆਊਗਾ ਤੂੰ ਖੇਤ ਵੱਲ ਚੱਕਰ ਮਾਰਿਆ ਉੱਥੇ ਮੁੰਡੇ ਕੌਡੀ ਕੁੱਡੀ ਖੇਡ ਦੇਣਗੇ ਜਾ ਕੇ ਤੂੰ ਵੀ ਖੇਡਿਆ ਇੰਨੀ ਗੱਲ ਸੁਣ ਕੇ ਭਰਜਾਈ ਨਾਲ ਗੁੱਸੇ ਹੋ ਗਿਆ ਕਹਿੰਦਾ ਲੈ ਕੌਡੀ ਖੇਡਿਆ ਕੌਡੀ ਖੇਡਿਆ ਤੂੰ ਤਾਂ ਮੈਨੂੰ ਗੱਭਰੂ ਹੀ ਨਹੀਂ ਹੋਣ ਦਿੰਦੀ ਉਹ ਕਹਿੰਦੀ ਫਿਟੇ ਮੂੰਹ ਮੈਂ ਤੇਰੇ ਗੱਭਰੂ ਹੋਣ 'ਚ ਕੀ ਬ੍ਰੇਕਾਂ ਲਾਈਆਂ ਹੋਈਆਂ ਨੇ ਕੌਣ ਕਿਸੇ ਨੂੰ ਰੋਕਦਾ ਕੌਣ ਰੋਕ ਸਕਦਾ ਹੋਈ ਜਾ ਗੱਭਰੂ ਅੱਗੋਂ ਕਹਿੰਦਾ ਨਹੀਂ ਮੇਰਾ ਮਤਬਲ ਤਾਂ ਇਹ ਹੈ ਜੇ ਤੂੰ ਮੈਨੂੰ ਕੋਈ ਚੱਜ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ ਜੇ ਕੋਈ ਜ਼ਿੰਮੇਵਾਰੀ ਸੌਂਪੇ ਉਹ ਭੁਗਤਾ ਕੇ ਦਿਖਾਵਾਂ ਤਾਂ ਹੀ ਲੋਕ ਆਪਸ 'ਚ ਗੱਲਾਂ ਕਰਨਗੇ ਉਹਨਾਂ ਦਾ ਮੁੰਡਾ ਗੱਭਰੂ ਹੋ ਗਿਆ ਉਹਨਾਂ ਦਾ ਮੁੰਡਾ ਜਵਾਨ ਹੋ ਗਿਆ ਉਹਨਾਂ ਦਾ ਮੁੰਡਾ ਜ਼ਿੰਮੇਵਾਰ ਹੋ ਗਿਆ ਉਹਨਾਂ ਦਾ ਮੁੰਡਾ ਸਮਝਦਾਰ ਹੋ ਗਿਆ ਉਹਨਾਂ ਦਾ ਮੁੰਡਾ ਉਹਨਾਂ ਦਾ ਮੁੰਡਾ ਉਹਨਾਂ ਦਾ ਮੁੰਡਾ ਸਾਰੇ ਸਮਝ ਗਏ ਤੂੰ ਨਹੀਂ ਸਮਝੀ ਮੰਗਣ 'ਤੇ ਪਹਿਣ ਦੇ ਕਾਬਲ ਹੋ ਗਿਆ ਇਕੱਲੀ ਹੈ ਸਵੇਰੇ ਉੱਠ ਕੇ ਕਹਿੰਦੀ ਹੈ ਜਾਂ ਖੇਤ ਵੱਲ ਚੱਕਰ ਮਾਰਿਆ ਜਾਂ ਕੌਡੀ ਖੇਡਿਆ ਇਹ ਵੀ ਕੋਈ ਕਮਾਂ 'ਚ ਕੰਮ ਹੈ ਉਹ ਕਹਿੰਦੀ ਮੈਂ ਤਾਂ ਤੈਨੂੰ ਤਾਂ ਰੋਕਦੀ ਹਾਂ ਤੂੰ ਸ਼ਹਿਰ ਕਦੇ ਇਕੱਲਾ ਗਿਆ ਨਹੀਂ ਸ਼ਹਿਰ 'ਚ ਬੜਾ ਭੀੜ ਭੜੱਕਾ ਹੁੰਦਾ ਥਾਂ ਤਾਂ ਜੇਬ ਕਤਰੇ ਤੁਰੇ ਫਿਰਦੇ ਨੇ ਕਿਤੇ ਜੇਬ ਕਟਾ ਕੇ ਭੇਜੇਗਾ ਆਪ ਹੋਟਲ ਜਾਵੇਗਾ ਪੈਸੇ ਗੁਆਚ ਜਾਣਗੇ ਜੇ ਤਾਂ ਸ਼ਹਿਰ ਜਾਣਾ ਹੀ ਹੈ ਤਾਂ ਕਿਸੇ ਦਿਨ ਆਪਣੇ ਬਾਈ ਜੀ ਨਾਲ ਜਾਏ ਬਾਈ ਜੀ ਨਾਲ ਸ਼ਹਿਰ ਹੋਰ ਹੀ ਜਾਣਾ ਚਾਹੁੰਦਾ ਕਿਉਂਕਿ ਉਹਦੇ ਹਾਣਦਿਆਂ ਨੇ ਉਹਨੂੰ ਕੱਲ੍ਹ 'ਚ ਦੱਸਿਆ ਹੋਇਆ ਵੀ ਸ਼ਹਿਰ ਇਕੱਲੇ ਹੀ ਜਾਈਦਾ ਉੱਥੇ ਬੜੀਆਂ ਵੰਨ ਸਵੰਨੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਬਾਜ਼ਾਰ 'ਚ ਬੜੋ ਤਾਂ ਕੌਣ ਮਿਲਦਾ ਹੁੰਦਾ ਕਾਲਜ ਮੂਹਰੇ ਖੜਦਾ ਕੌਣ ਮਿਲਦਾ ਕਿਸੇ ਮੋੜ 'ਤੇ ਖੜ ਜਾਉਂਦਾ ਕੌਣ ਟੱਕਰਦਾ ਹੁੰਦਾ ਜੇ ਭੁੱਲ ਭੁੱਲ ਕੇ ਠਾਣੇ ਮੂਹਰੇ ਜਾ ਖੜੋ ਫਿਰ ਕੀ ਮਿਲਦਾ ਹੁੰਦਾ ਹੈ ਸਾਰਾ ਕੁਝ ਦੱਸਿਆ ਹੋਇਆ ਲਓ ਜੀ ਜਦੋਂ ਨਾ ਹੀ ਆਟਾ ਪੈਸੇ ਮੰਗਣ ਤੋਂ ਭਰਜਾਈ ਨੂੰ ਆ ਗਿਆ ਗੁੱਸਾ ਉਹਨੇ ਕੱਢ ਕੇ 100 ਰੁਪਇਆ ਮੂੰਹ 'ਤੇ ਮਾਰਿਆ ਕਹਿੰਦੀ ਜਾ ਚਲੇ ਜਾ ਲੈ ਕੇ 100 ਰੁਪਇਆ ਚਾਈ ਚਾਈ ਸ਼ਹਿਰ ਨੂੰ ਉੱਠ ਗਿਆ ਹੱਥ ਦੇ ਵੇਲੇ ਨਿਆਈ ਵਾਲੇ ਖੇਤ 'ਚੋਂ ਭਰਜਾਈ ਸਾਗ ਤੋੜਨ ਵਾਸਤੇ ਗਈ ਸਾਗ ਤੋੜਦੀ ਤੇ ਉਹਦੀ ਨਿਗਾਹ ਨਹੀਂ ਕਰੋੜ ਵੱਲ ਜਾ ਪਈ ਤਾਂ ਦੂਰੋਂ ਇਕੱਲਾ ਹੀ ਤੁਰਿਆ ਆਉਂਦਾ ਦੇਖ ਕੇ ਪਛਾਣ ਗਈ ਬਈ ਹੈ ਤਾਂ ਸਾਡਾ ਹੀ ਭੌਂਦੂ ਪਰ ਇਹ ਤੁਰਿਆ ਕਿਉਂ ਆਉਂਦਾ ਘਰੋਂ ਤਾਂ ਪੈਸੇ ਲੈ ਕੇ ਗਿਆ ਸੀ ਅੱਜ ਕੱਲ੍ਹ ਜਿਹਦੀ ਜੇਬ 'ਚ ਪੈਸੇ ਨੇ ਉਹ ਤੁਰਦਾ ਕਿੱਥੇ ਹੈ ਗੱਡੀ ਮੋਟਰ ਢਾਂਗਾ ਰਿਕਸ਼ਾ 100 ਸਵਾਰੀਆਂ ਨੇ ਫਿਰ ਭਰਜਾਈ ਨੇ ਸੋਚਿਆ ਸ਼ਾਇਦ ਪਿੰਡ ਦੀ ਸਵਾਰੀ ਕੋਈ ਪਿੰਡ ਦੀ ਸਵਾਰੀ ਬਾਜ਼ਾਰ 'ਚ ਟੱਕਰ ਗਈ ਹੋਣੀ ਆ ਗੱਡਾ ਕੋਈ ਭੇਡਾ ਕੋਈ ਟਰਾਲੀ ਕੋਈ ਰੇੜਾ 100 ਰੁਪਏ ਦਾ ਸਵਾਰ ਖਰੀਦ ਕੇ ਉਹ 'ਚ ਰੱਖ ਦਿੱਤਾ ਉਹ ਆਪ ਮੌਜ ਨਾਲ ਤੁਰਿਆ ਆਉਂਦਾ ਹੋਣਾ ਪਰ ਦੋਸਤੋ ਜ਼ਰਾ ਕੁ ਨੇੜੇ ਆਇਆ ਲੜਕਾ ਜਿਹਾ ਮੂੰਹ ਦੇਖ ਕੇ ਭਰਜਾਈ ਸਮਝ ਗਈ ਇਹ ਮੌਜ ਮੂਜ ਵਾਲੀ ਚਾਲ ਨਹੀਂ ਹੈ ਜ਼ਰੂਰ ਕੋਈ ਪਾਣਾ ਵਰਤਿਆ ਹੋਇਆ ਕਿਸੇ ਸ਼ਹਿਰੀ ਦਾ ਹੱਥ ਫਿਰ ਗਿਆ ਇਹਦੇ 'ਤੇ ਗੁੱਸਾ ਭਰਜਾਈ ਵੀ ਬੜਾ ਸੀ ਕਿਉਂਕਿ ਉਹਦੇ ਆਖੇ ਨਹੀਂ ਸੀ ਲੱਗਿਆ ਉਹਨੇ ਸਾਗ ਸੂਗ ਵਿੱਚੇ ਛੱਡਿਆ ਡੰਡੀ ਡੰਡੀ ਹੋਲੀ ਉਹਦੇ ਆਉਣ ਤੋਂ ਪਹਿਲਾਂ ਕਰਜ਼ਾ ਪਹੁੰਚੀ ਹੁਣ ਜਦੋਂ ਗੱਭਰੂ ਆਇਆ ਨਾ ਉਹਨੂੰ ਬੈਠਣ ਦਿੱਤਾ ਨਾ ਪਾਣੀ ਤਾਣੀ ਪੀਣ ਦਿੱਤਾ ਉੱਥੋਂ ਹਿਸਾਬ ਮੰਗਣ ਲੱਗ ਗਈ ਤੂੰ 100 ਰੁਪਇਆ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਨਾਲੇ ਤਾਂ ਚੀਜ਼ ਦੇ ਦੇ ਨਾਲੇ ਬਕਾਇਆ ਦੇ ਦੇ ਮੈਂ ਤੇਰੇ ਬਾਈ ਜੀ ਨੂੰ ਹਿਸਾਬ ਦੇਣਾ ਦੋਸਤੋ ਭਰਜਾਈ ਹਿਸਾਬ ਮੰਗਦੀ ਹੈ ਉਹ ਵਿਚਾਰਾ ਮੇਰੇ ਵਰਗਾ ਲੱਲੂ ਪ੍ਰਸ਼ਾਦ ਪਹਿਲੀ ਵਾਰੀ ਸ਼ਹਿਰ ਗਿਆ ਸੀ ਉਹ ਖਿੱਚ ਤੂ ਕੇ ਹਿਸਾਬ ਪੂਰਾ ਕਰਦਾ ਜ਼ਰਾ ਗੌਰ ਨਾਲ ਸੁਣਨਾ ਹੈ ਮਜ਼ਾ ਆਏਗਾ
ਅੱਜ ਮੱਲੋ ਜੋਰੀ ਤੂੰ ਸੌਦਾ ਪੱਤਾ ਲੈਣ ਲਈ ਅੱਜ ਮੱਲੋ ਜੋਰੀ ਤੂੰ ਸ਼ਹਿਰ ਗਿਆ ਸੈਂ ਦਿਓਰਾ ਕਰਦਾ ਬਣ ਕੇ ਮੋਰੀ ਤੂੰ ਸੌਦਾ ਪੱਤਾ ਲੈਣ ਲਈ ਅੱਜ ਮੱਲੋ ਜੋਰੀ ਤੂੰ ਖਾਲੀ ਘਾ ਤੋਂ ਆ ਗਿਆ ਬੀਬਾ ਦੱਸੇ ਮੈਨੂੰ ਵੇ ਖਾਲੀ ਘਾ ਤੋਂ ਆ ਗਿਆ ਬੀਬਾ ਦੱਸੇ ਮੈਨੂੰ ਵੇ ਸੌਦਾ ਨੋਟ ਸੀ ਜਾਣ ਲੱਗੇ ਨੋ ਦਿੱਤਾ ਤੈਨੂੰ ਵੇ ਸੌਦਾ ਨੋਟ ਸੀ ਜਾਣ ਲੱਗੇ ਨੋ ਦਿੱਤਾ ਤੈਨੂੰ ਕੀ ਦੱਸਾਂ ਹੱਡ ਬੀਤੀ ਕੀ ਦੱਸਾਂ ਹੱਡ ਬੀਤੀ ਉਲਟਾ ਕਜੀਆ ਪੈ ਗਿਆ ਨੀ ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਨੀ ਇੱਕ ਕੁੜੀ ਇੱਕ ਕੁੜੀ ਇੱਕ ਕੁੜੀ ਕੀ ਇੱਕ ਕੁੜੀ ਕੀ ਕੁੜੀ ਨਹੀਂ ਕੁੜੀ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਦਹੀਂ ਭਲੇਖੇ ਭਾਬੀ ਫੁੱਟ ਨਰਮੇ ਦੇਖਾ ਬੈਠਾ ਦਹੀਂ ਭਲੇਖੇ ਭਾਬੀ ਫੁੱਟ ਨਰਮੇ ਦੇਖਾ ਬੈਠਾ ਕਿਵੇਂ ਉਮੋ ਮੋਠਗਣੀ ਤੇਰੇ ਪਿੱਛੇ ਪੈ ਗਈ ਵੇ ਕਿਵੇਂ ਉਮੋ ਮੋਠਗਣੀ ਤੇਰੇ ਪਿੱਛੇ ਪੈ ਗਈ ਵੇ ਕਿਹੜੇ ਜਾਦੂ ਨਾਲ ਤੈਨੂੰ ਕੀਲ ਕੇ ਪੈ ਗਈ ਵੇ ਕਿਹੜੇ ਜਾਦੂ ਨਾਲ ਇੱਕੋ ਸੀਟ ਤੇ ਬੈਠੇ ਇੱਕੋ ਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਹੋਰ ਭਲਾ ਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਹੋਰ ਭਲਾ ਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਮੈਂ ਆ ਗਿੱਲੀ ਜਾਂਦਾ ਮੈਂ ਕੂਣੀ ਜਿਹੀ ਮਾਰੀ ਮੈਂ ਕੂਣੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਕੁਣੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ ਭਾਬੀ ਮੈਂ ਕੁਣੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ ਫਿਰ ਇੰਨੇ ਵਿੱਚ ਮੈਂ ਹੁੱਬ ਕੇ ਉਹਦਾ ਟਿਕਟ ਕਟਾ ਦਿੱਤਾ ਇੰਨੇ ਵਿੱਚ ਮੈਂ ਹੁੱਬ ਕੇ ਉਹਦਾ ਟਿਕਟ ਕਟਾ ਦਿੱਤਾ ਮਨ ਲੈਣੀ ਆ ਤੇਰੀ ਜੇ ਦੋ ਟਿਕਟਾਂ ਲਈਏ ਵੇ ਇੱਥੋਂ ਸ਼ਹਿਰ ਤੱਕ ਲੱਗਦੇ ਨੇ ਕੁੱਲ 10 ਰੁਪਏ ਵੇ ਇੱਥੋਂ ਸ਼ਹਿਰ ਤੱਕ ਲੱਗਦੇ ਨੇ ਕੁੱਲ 10 ਰੁਪਏ ਵੇ ਤੂੰ ਬਾਕੀ ਕਿੱਥੇ ਖਰਚੇ ਜਾ ਕੇ ਸੱਜੇ ਖੱਬੇ ਵੇ ਬਾਕੀ ਕਿੱਥੇ ਖਰਚੇ ਜਾ ਕੇ ਸੱਜੇ ਖੱਬੇ ਵੇ ਜੇ 100 ਚੋਂ 10 ਕੱਢੀਏ ਪੂਰੇ ਬਚਦੇ 90 ਵੇ ਜੇ 100 ਚੋਂ 10 ਕੱਢੀਏ ਪੂਰੇ ਬਚਦੇ 90 ਵੇ ਮੈਂ ਉਹਨੂੰ ਕਹਿ ਬੈਠਾ ਕੀ ਕਹਿ ਬੈਠਾ ਕਹਿ ਬੈਠਾ ਕੀ ਕਹਿ ਬੈਠਾ ਓਹੋ ਕੀ ਮੈਂ ਉਹਨੂੰ ਕਹਿ ਬੈਠਾ ਆ ਕੋਈ ਸੇਵਾ ਕਰੀਏ ਨਹੀਂ ਸੇਵਾ ਨਾ ਸੇਵਾ ਬਸ ਤੇ ਕਰਨੀ ਸੀ ਹੋਰ ਮੈਂ ਕਿੱਥੇ ਜਾਂਦਾ ਉਸ ਵੇਲੇ ਫਿਰ ਮੈਂ ਉਹਨੂੰ ਕਹਿ ਬੈਠਾ ਆ ਕੋਈ ਸੇਵਾ ਕਰੀਏ ਨਹੀਂ ਬਸ ਤੋਂ ਥੱਲੇ ਉਤਰ ਆਈ ਉਹ ਮੇਰੇ ਜਰੀਏ ਨਹੀਂ ਬਸ ਤੋਂ ਥੱਲੇ ਉਤਰ ਆਈ ਉਹ ਮੇਰੇ ਜਰੀਏ ਨੀ ਅੱਕ ਬਚਾ ਕੇ ਹੋਟਲ ਵਿੱਚ ਅੱਕ ਬਚਾ ਕੇ ਹੋਟਲ ਵਿੱਚ ਬੈਠੇ ਓਲੇ ਸੀ ਅੱਕ ਬਚਾ ਕੇ ਹੋਟਲ ਵਿੱਚ ਜਾ ਬੈਠੇ ਓਲੇ ਸੀ ਭਾਬੀ ਬੀਹਾਂ ਦਾ ਬਿੱਲ ਆ ਗਿਆ ਪੀਤੇ ਕੈਂਪੇ ਕੋਲੇ ਸੀ ਬੀਹਾਂ ਦਾ ਬਿੱਲ ਆ ਗਿਆ ਪੀਤੇ ਕੈਂਪੇ ਕੋਲੇ ਸੀ ਚੁੱਪ ਕਾਸ ਤੋਂ ਹੋ ਗਏ ਦੱਪੀ ਚੱਲ ਕਹਾਣੀ ਤੂੰ ਮੈਨੂੰ ਦਿਓਰਾ ਐਵੇਂ ਨਾ ਅਨਪੜ ਜੀ ਜਾਣੀ ਤੂੰ ਮੈਨੂੰ ਦਿਓਰਾ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨੀ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ
ਜੋ ਕੁਝ ਕੀਤਾ ਉਹ ਨਹੀਂ ਕੀਤਾ ਸੋ ਰੱਬ ਦੀ ਮੈਂ ਤਾਂ ਕੁਛ ਵੀ ਨਹੀਂ ਕੀਤਾ ਫਿਰ ਮਲਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨੀ ਤੀਹ ਤੇ ਪੰਜਾਂ ਦਾ ਲੈ ਲਿਆ ਉਹਨੇ ਸੁਰਕੀ ਪਾਊਡਰ ਨੀ ਉਹ ਬਾਕੀ ਕੱਲ ਲੱਗਣਾ ਤੂੰ ਐਵੇਂ ਕਿਉਂ ਘਬਰਾਉਣੀ ਬਾਕੀ ਕੱਲ ਲੱਗਣਾ ਤੂੰ ਐਵੇਂ ਕਿਉਂ ਘਬਰਾਉਣੀ ਏ ਜਾਣ ਵੀ ਦੇ ਹੁਣ ਭਾਬੀ ਕਾ ਤੋ ਰੌਲਾ ਪਾਉਣੀ ਏ ਜਾਣ ਵੀ ਦੇ ਹੁਣ ਭਾਬੀ ਜੀ ਕਾ ਤੋ ਰੌਲਾ ਪਾਉਣੀ ਏ ਅੱਜ ਵਾਲਾ ਕੰਮ ਕਰਦੇ ਨਹੀਂ ਉਹ ਛੱਡਣਾ ਚਾਹੀਦਾ ਅੱਜ ਵਾਲਾ ਕਹਿੰਦੀ ਸਿਨਮੇ ਜਾਣਾ ਹਾਂ ਕਹਿੰਦੀ ਸਿਨਮੇ ਜਾਣਾ ਨਾ ਉਹ ਮੰਨੀ ਟਾਲਿਆ ਨੀ ਪੱਚੀ ਲੈ ਬਿਚਬ ਲੈ ਕਿਤੇ ਟਿਕਟਾਂ ਵਾਲਿਆ ਨੀ ਪੂਰੇ ਪੱਚੀ ਲੈ ਬਿਚਬ ਲੈ ਕਿਤੇ ਟਿਕਟਾਂ ਵਾਲਿਆ ਨੀ ਖਤਮ ਹੋਈ ਜਦ ਖਤਮ ਹੋਈ ਜਦ ਉਹ ਖਤਮ ਹੋਈ ਉਹੀ ਜਿਹੜੀ ਦੇਖਣ ਗਏ ਸੀਗੇ ਕੀ ਦੇਖਣ ਗਏ ਸੀ ਮੈਨੂੰ ਕਹਿੰਦੀ ਨਾ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਕਹਿੰਦੀ ਪਤਾ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਮੈਨੂੰ ਨਹੀਂ ਪਤਾ ਤੂੰ ਦੱਸ ਪਹਿਲਾਂ ਮੈਨੂੰ ਕਹਿੰਦੀ ਮੇਰੇ ਨੇੜੇ ਬੈਠ ਕੇ ਨਾ ਮੈਨੂੰ ਇਕੱਲਾ ਜਿਹਾ ਜਾਣ ਕੇ ਹੌਲੀ ਦੇ ਕੇ ਮੇਰੇ ਕੋਲ ਆ ਕੇ ਬੈਠ ਕੇ ਮੈਨੂੰ ਕਹਿੰਦੀ ਪਤਾ ਭਾਬੀ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਮੈਨੂੰ ਨਹੀਂ ਪਤਾ ਤੂੰ ਦੱਸ ਪਹਿਲਾਂ ਮੈਨੂੰ ਕਹਿੰਦੀ ਕੰਨ ਨੇੜੇ ਨੂੰ ਕਰੀ ਫਿਰ ਮੇਰੇ ਕੰਨ ਵਿੱਚ ਹੌਲੀ ਦੇ ਕੇ ਆ ਕੇ ਮੈਨੂੰ ਕਹਿੰਦੀ ਪਹਿਲਾਂ ਕਹਿੰਦੀ ਆ ਤੈਨੂੰ ਜੂਣੇ ਵਾਲ ਵਾਲਾ ਚਤਰਾ ਦਿਖਾ ਕੇ ਦਿਓ ਖਤਮ ਹੋਈ ਜਦ ਪਿਛਕਰ ਦੋਵੇਂ ਬਾਹਰ ਆ ਗਏ ਸੀ ਖਤਮ ਹੋਈ ਜਦ ਪਿਛਕਰ ਦੋਵੇਂ ਬਾਹਰ ਆ ਗਏ ਸੀ ਦਸਾਂ ਰੁਪਈਆਂ ਦੀ ਫਿਰ ਚਾਹ ਨਾਲ ਬਰਫੀ ਖਾ ਗਏ ਦਸਾਂ ਰੁਪਈਆਂ ਦੀ ਫਿਰ ਚਾਹ ਨਾਲ ਬਰਫੀ ਖਾ ਗਏ ਸੀ ਸੋਚਿਆ ਹੋਣਾ ਜੋਰਾ ਤੂੰ ਅੱਜ ਮੁਰਗੀ ਲੱਪੀ ਵੇ ਸੋਚਿਆ ਹੋਣਾ ਦਿਓਰਾ ਤੂੰ ਅੱਜ ਮੁਰਗੀ ਲੱਪੀ ਵੇ ਤੇਰੇ ਵਰਗੇ ਉਹਨਾਂ ਨੂੰ ਨਿੱਤ ਮਿਲਦੇ ਛੱਪੀ ਵੇ ਤੇਰੇ ਵਰਗੇ ਉਹਨਾਂ ਨੂੰ ਨਿੱਤ ਮਿਲਦੇ ਛੱਪੀ ਵੇ ਤੂੰ ਤਾਂ ਖਰਚਾ ਕਰਕੇ ਕਰਦੀ ਪੱਲੇ ਪੱਲੇ ਵੇ ਤੂੰ ਤਾਂ ਖਰਚਾ ਕਰਕੇ ਕਰਦੀ ਪੱਲੇ ਪੱਲੇ ਵੇ ਦੱਸ ਪਲਾ ਕੀ ਦਿਓਰਾ ਤੇਰੇ ਪਾਗਲ ਪੱਲੇ ਵੇ ਦੱਸ ਪਲਾ ਕੀ ਦਿਓਰਾ ਤੇਰੇ ਪਾਗਲ ਪੱਲੇ ਵੇ ਪੱਲੇ ਕੀ ਪਾਉਣਾ ਸੀ ਮਗਰੋਂ ਕੱਲਿਆ ਛੋੜ ਗਈ ਭਰੀ ਭੀੜ ਵਿੱਚ ਪਤਾ ਨੀ ਕਿੱਥੇ ਪੱਤੇ ਤੋੜ ਗਈ ਭਰੀ ਭੀੜ ਵਿੱਚ ਪਤਾ ਨੀ ਕਿੱਥੇ ਪੱਤੇ ਤੋੜ ਗਈ ਖਾਕੀ ਨੰਗ ਬਣਾ ਗਈ ਨਾ ਗੁਜਰਿਆ ਬਕਾਇਆ ਨੀ ਖਾਕੀ ਨੰਗ ਬਣਾ ਗਈ ਨਾ ਗੁਜਰਿਆ ਬਕਾਇਆ ਨੀ ਕਰਦੀ ਕਰ ਤੇਰਾ ਦਿਓਰ ਪਾਪੀ ਪੈਦਲ ਆਇਆ ਨੀ ਕਰ ਬਿਕਰ ਮਹਿਰਾਜ ਵਾਲੀਆ ਪੈਦਲ ਆਇਆ ਨੀ ਗੀ ਬਾਕੀ ਜ਼ਬਰਦਸਤ ਜੀ ਬਹੁਤ ਹੀ 100 ਦਾ ਨੋਟ ਉਹਦਾ ਪੂਰਾ ਪੂਰਾ ਹਿਸਾਬ ਦਿੱਤਾ ਦਿਓਰ ਨੇ ਅਤੇ ਭਾਬੀ ਜਿਹੜੀ ਉਹਨੇ ਵੀ ਇੱਕ ਇੱਕ ਚੀਜ਼ ਦਵਾਨੀ ਦਵਾਨੀ ਦਾ ਪੁੱਛਿਆ ਕਿ ਕਿਹੜੀ ਚੀਜ਼ ਕਿੱਥੇ ਲਾਈ ਉਹ ਅਤੇ ਇੱਦਾਂ ਹੁੰਦਾ ਭਲਾ ਇੱਦਾਂ ਹੀ ਹੁੰਦਾ ਪਹਿਲੇ ਜ਼ਮਾਨੇ ਚ ਅੱਛਾ ਵੇਖ ਲਵੋ ਅੱਛਾ ਇਹ ਪਹਿਲੇ ਜ਼ਮਾਨਿਆਂ ਦੀ ਗੱਲ ਹੈ ਤੁਸੀਂ ਇਹ ਵੇਖ ਲਵੋ ਕਿ ਉਦੋਂ 100 ਰੁਪਈਆ ਉਹਦੀ ਕਿੰਨੀ ਵੈਲਿਊ ਹੁੰਦੀ ਸੀ 100 ਰੁਪਈਏ ਚ ਅਗਲਾ ਕਿੰਨੇ ਕੰਮ ਕਰ ਆਇਆ ਹੈ ਤੇ 100 ਦਾ ਵੀ ਹਿਸਾਬ ਹੁੰਦਾ ਸੀ ਨਾ ਵੀ ਖਰੀਦ ਲਈਆਂ ਮੇਕਅਪ ਵੀ ਲੈ ਲਿਆ ਸੈਲਮਾ ਵੀ ਵੇਖ ਲਿਆ ਆਪਾਂ ਨੂੰ ਜਿਹੜਾ ਚੂਨਾ ਲੱਗਾ ਸੀ ਵੀਰਾਂ ਨੂੰ ਦੱਸੀਏ ਸਰਕਾਰ ਤੇ ਚੂਨਾ ਲੱਗਾ ਸੀ ਜਿਹੜਾ ਦੱਸੀਏ ਦੱਸਣਾ ਚਾਹੀਦਾ ਯਾਰ ਜਿਹੜਾ ਸਾਡੇ ਨਾਲ ਹੋਈ ਸੀ ਨਾ ਜਿਹੜੀ ਉਹ ਤੁਹਾਨੂੰ ਦੱਸ ਰਹੇ ਸਾਡੇ ਨਾਲ ਅਸਲ 'ਚ ਹੋਇਆ ਕੀ ਸੀ ਅਸੀਂ ਸ਼ਹਿਰ ਲੱਗੇ ਸੀ ਸਰਕਸ ਆ ਪਿੱਛੇ ਜਿਹਦੀ ਗੱਲ ਹੈ ਤਕਰੀਬਨ 2-3 ਮਹੀਨੇ ਹੋਏ ਹੋਣੇ ਨੇ ਇਹਨੇ ਕਿਉਂ ਹੋਏ ਨੇ ਅਤੇ ਅਸੀਂ ਚਲੇ ਗਏ ਦੇਖਣ ਜੀ ਸਰਕਸ ਦੇਖਣੀ ਜੀ ਚਲੋ ਜੀ ਸਰਕਸ ਦੇਖਣ ਚੱਲਦੇ ਹਾਂ ਮੈਂ ਗਿਆ ਪਹਿਲੇ ਮੈਂ ਗੱਡੀ ਪਾਰਕਿੰਗ ਦੇ ਵਿੱਚ ਲਾਈ ਅਤੇ ਉੱਥੇ ਇੱਕ ਬੰਦਾ ਜਿਹੜਾ ਪਰਚੀਆਂ ਮਤਲਬ ਸਟੈਂਡ ਵਾਲਾ ਜਿਹੜਾ ਹੁੰਦਾ ਉਹਨੇ ਜੀ ਮੈਨੂੰ ਦਿੱਤਾ ਜੀ ਮੇਰੇ ਜੇਬ 'ਚ ਵੇਖਿਆ ਕਿ ਰੁਪਈਏ ਭਾਈ ਕੋਲ ਵਾਹਵਾ ਨੇ ਅਤੇ ਮੈਨੂੰ ਆਉਂਦਾ ਯਾਰ ਇਵੇਂ ਕਰ 5,000 ਰੁਪਈਆ ਨਾ ਮੈਨੂੰ ਬੱਝਾ ਦੇ ਲੋਕ ਖੁੱਲ੍ਹਾ ਮੰਗਦੇ ਨੇ ਉਹ ਮੇਰੇ ਕੋਲ ਬੱਝਾ ਮੰਗੇ ਹਾਂ ਕਿ ਆਹ ਖੁੱਲ੍ਹੇ ਪੈਸੇ ਲੈ ਲਿਆ 500 ਵਾਲੇ ਲੈ ਲਿਆ ਅਤੇ ਆਹ 1,000 ਵਾਲਾ ਮੈਨੂੰ 5,000 ਯਾਰ ਬੱਝਾ ਦੇ ਦੇ ਹੈਂ ਉਹ ਮੈਂ ਕਿਹਾ ਭਾਈ ਮੇਰੇ ਬਟੂਆ ਫੋਲੇ ਜਾਣਾ ਮੈਂ ਕਿੱਥੇ 500 ਵਾਲੇ ਨੋਟ ਪਾਉਂਦਾ ਫਿਰ ਅੱਛਾ ਉਹਦੇ ਕੋਲੋਂ ਜਾਨ ਛੜਾਈ ਅੱਗੋਂ ਜਿੱਥੇ ਜਾ ਕੇ ਟਿਕਟਾਂ ਲੈਣੀਆਂ ਸਨ ਅੰਦਰ ਸਰਕਸ ਦੀਆਂ ਉੱਥੇ ਚਲਾ ਗਿਆ ਉੱਥੇ ਉਹ ਬੈਠਾ ਹੋਵੇ ਜਿਹੜਾ ਉੱਤੇ ਬੰਦਾ ਟਿਕਟਾਂ ਦੇ ਰਿਹਾ ਸੀ ਰਸ਼ ਲੱਗਾ ਹੋਵੇ ਮੈਨੂੰ ਕਹਿੰਦਾ ਜੀ
ਜਦੋਂ ਮੈਂ ਟਿਕਟ ਪੈਸੇ ਦੇਣ ਲੱਗਾ ਨਾ ਟਿਕਟਾਂ ਦੇ, ਮੈਨੂੰ ਕਹਿੰਦਾ ਯਾਰ ਆਪਣਾ ਨਾ 5,000 ਮੈਨੂੰ ਵਜਿਆ ਦੇ ਦੇ ਯਾਰ, ਪੈਸੇ ਬੜੇ ਖੁੱਲ੍ਹੇ ਪਏ ਨੇ, 5-5 ਵਾਲੇ ਬੜੇ ਨੋਟ ਨੇ ਅਤੇ ਮੈਨੂੰ ਵਜਿਆ ਦੇ ਦੇ ਅਤੇ ਖੁੱਲ੍ਹੇ ਲੈ ਲੈ। ਉਹ ਮੈਂ ਕਿਹਾ ਯਾਰ ਅੱਗੇ ਜਾਨ ਛਿੜਾ ਕੇ ਆ, ਤੂੰ ਫਿਰ ਮੇਰੇ ਮਗਰ ਲੱਗ ਗਿਆ ਕਿ ਤੈਨੂੰ ਮੈਂ ਵਜਿਆ ਕਿੱਥੋਂ ਦੇ ਦੇਵਾਂ। ਆਂਦਾ ਮੈਂ ਕਿਹੜਾ 50,000 ਮੰਗ ਲਿਆ, 5,000 ਹੀ ਮੰਗਿਆ ਵੀਰੇ। ਉਹ ਮੈਂ ਕਿਹਾ ਚੱਲ ਯਾਰ, ਇਹਨੇ ਆਖਿਆ ਕਿ ਬਾਕੀ ਕਿਹੜਾ, ਉਹਨੇ 50,000 ਮੰਗ ਲਿਆ, 5,000 ਹੀ ਮੰਗਿਆ, ਦੇ ਦਿੰਦੇ ਹਾਂ। ਮੈਂ ਉਹਨੂੰ 5,000 ਰੁਪਇਆ ਫੜਾਇਆ, 1,000-1,000 ਵਾਲੇ ਨੋਟ। ਉਹਨੇ ਜੀ ਮੈਨੂੰ 5-5 ਸੌ ਵਾਲੇ ਜਿਹੜੇ ਨੇ ਨਾ ਉਹ ਦਿੱਤੇ 8 ਨੋਟ, ਅਤੇ ਨਾਲ 100-100 ਵਾਲਾ ਜਿਹੜਾ ਨਾ 9 ਨੋਟ ਉਹਨੇ ਮੈਨੂੰ ਉਹ ਦੇ ਦਿੱਤੇ। ਮਤਲਬ 5,000 ਉਹਨੇ ਮੈਨੂੰ ਦੇਣਾ ਸੀ ਅਤੇ 4,900 ਉਹਨੇ ਮੈਨੂੰ ਦੇ ਦਿੱਤਾ, 100 ਘੱਟ ਵਾਪਸ। ਅੱਛਾ ਜੀ, ਮੈਂ ਜਦੋਂ ਗਿਣੇ 5-5 ਸੌ ਵਾਲੇ ਗਿਣੇ 8 ਨੋਟ, ਮੈਂ ਕਿਹਾ 4,000 ਇਹ ਹੋ ਗਿਆ ਅਤੇ ਹੁਣ 100-100 ਵਾਲੇ ਗਿਣਨ ਲੱਗ ਪਿਆ ਅਤੇ ਉਹ 9। ਮੈਂ ਕਿਹਾ ਯਾਰ 100 ਰੁਪਈਆ ਘੱਟ ਦਿੱਤਾ ਤੂੰ। ਕਹਿੰਦਾ ਉਹਨਾਂ ਫੜਾ, ਉਹਨੇ ਮੇਰੇ ਕੋਲ ਵਾਪਸ, ਮੈਂ ਕਿਹਾ ਲੈ ਫੜ। ਉਹਨੇ ਸਾਰੇ ਹੀ ਵਾਪਸ ਫੜ ਕੇ ਉਹ 100 ਪੂਰਾ ਕਰਤਾ, ਅਤੇ ਜਿਹੜਾ ਥਲਵਾਂ ਸੀ 5-5 ਸੌ ਵਾਲੇ ਸਨ ਉਹਦੇ 'ਚੋਂ 2,000 ਕੱਢ ਲਿਆ, ਉਹਦੇ 'ਚੋਂ 4 ਨੋਟ ਪਾਸੇ ਕਰਤੇ। ਮੈਂ ਹੁਣ ਦੂਸਰੀ ਵਾਰੀ ਜਦੋਂ ਉਹਨੇ ਵਾਪਸ ਦਿੱਤੇ, ਮੈਂ ਉਹ ਭਾਈ ਜੀ ਉੱਥੇ ਰੱਖੇ ਆਪਣਾ 5-5 ਸੌ ਵਾਲੇ ਮੈਂ ਪਹਿਲੇ ਹੀ ਗਿਣੇ ਸਨ, ਉਹ ਸਾਹਮਣੇ ਮੇਰੇ ਕਰਨ ਡਿਆ ਥਾਂ 'ਤੇ, ਮੈਂ ਉਹਦੇ ਵਾਲੇ ਵੇਖਣ ਵੀ ਡਿਆ ਵਾਂ ਕਿ ਕੀ ਕਰਨ ਡਿਆ। ਉਹਨੇ ਪਤਾ ਨਹੀਂ ਲੱਗਣ ਦਿੱਤਾ, ਉਹਨੇ 100-100 ਵਾਲੇ ਦੇ ਵਿੱਚ ਭਾਈ ਮੈਂ 100 ਵਾਲੇ ਸਿਰਫ ਗਿਣੇ ਨੇ, ਉਹ 1,000 ਪੂਰਾ। ਮਿੱਤਰਾਂ ਨੇ ਵਲੇਟੇ ਨਹੀਂ ਪਾਏ ਨਹੀਂ ਪਰਸ ਦੇ ਵਿੱਚ, ਮੈਡਮ ਨੂੰ ਲਿਆ ਨਾਲ ਅਤੇ ਅੰਦਰ ਸਰਕਸ ਦੇ ਵਿੱਚ, ਅੰਦਰ ਜਾ ਕੇ ਸਰਕਸ ਵੇਖਣ ਲੱਗ ਪਏ। ਉੱਥੇ ਬੈਠਿਆਂ ਮੈਂ ਇਹਨੂੰ ਆਖਿਆ, ਮੈਂ ਕਿਹਾ ਯਾਰ ਇਹਨੇ ਵਜੇ ਨੋਟ ਪੈਸੇ ਕਿਉਂ ਲਏ ਨੇ ਮੇਰੇ ਕੋਲੋਂ, ਕਿਤੇ ਮੈਜਿਕ ਵਾਲੇ ਮਤਲਬ ਜਾਦੂ ਵਾਲੇ ਹੀ ਨੋਟ ਨਾ ਆਉਣ, ਉਹ ਨਾ ਹੋਏ ਕਿ ਬਾਅਦ 'ਚ ਗਾਇਬ ਹੋ ਜਾਣੇ, ਜੇ ਕਰਕੇ ਵੇਖਿਆ ਮੈਂ ਕਿਹਾ ਨਹੀਂ ਹੈ ਤਾਂ ਬਟੂਏ ਦੇ ਵਿੱਚ ਹੀ ਨੇ, ਅਤੇ ਚਲੋ ਮੈਂ ਕਿਹਾ ਫਿਰ ਸ਼ਾਇਦ ਉਹਨੂੰ ਚਾਹੀਦੇ ਹੋਣਗੇ। ਅੱਛਾ ਉੱਥੋਂ ਨਿਕਲ ਗਏ ਜੀ ਅੱਗੇ, ਰੋਟੀ ਖਾਣੀ ਹੈ ਜੀ, ਬਾਅਦ 'ਚ ਸ਼ੋਅ ਖਤਮ ਹੋ ਗਿਆ, ਖਤਮ ਨਾ ਚੈੱਕ ਕੀਤੇ, ਰੋਟੀ ਖਾਣ ਗਏ, ਉੱਥੇ ਬਿੱਲ ਬਣਿਆ ਕਿੰਨਾ, 3200 ਕਿ 3300, ਇਹਨਾਂ ਬਣਿਆ ਸੀ, ਇਹਨਾਂ ਬਣਿਆ ਬਿੱਲ। ਮੈਂ ਆਖਿਆ ਚਲੋ ਜੀ ਪੈਸੇ, ਮੈਂ ਕਿਹਾ ਯਾਰ ਉਹ 5-5 ਸੌ ਵਾਲੇ ਨੋਟ ਜਿਹੜੇ ਨੇ ਨਾ 4,000 ਰੁਪਈਆ ਉਹ ਵੱਜਿਆ ਅਤੇ ਉਹਦੇ ਵਿੱਚੋਂ ਮੈਂ ਦੇ ਦਿੰਦਾ ਵਾਂ। ਉਹ ਜਦੋਂ 4,000 ਮੈਂ ਕੱਢਿਆ ਤਾਂ ਉਹ 2,000, ਉਹ ਮੇਰਾ 3200 ਵੀ ਨਾ ਪੂਰਾ ਹੋਇਆ ਉੱਥੇ, ਉਹ 100-100 ਵਾਲੇ ਪੂਰੇ, ਅਤੇ ਜਿਹੜਾ ਦੂਸਰਾ 400 5-5 ਸੌ ਵਾਲਾ ਦਿੱਤਾ ਸੀ ਉਹਨਾਂ ਨੇ 2,000 ਦਿੱਤਾ। ਅਤੇ ਇੱਦਾਂ ਸਫਾਈ ਫਿਰ ਬੰਦੇ ਫੇਰ ਜਾਂਦੇ ਨੇ, ਅਤੇ ਇਹ ਤਾਂ ਫਿਰ ਵਿਚਾਰੀ ਮੁਟਿਆਰ ਸੀ ਕੁੜੀ ਸੀ ਜਿਹਦੇ ਪਿੱਛੇ ਸਿੱਧਾ ਜਿਹਾ ਬੰਦਾ ਲੱਗ ਗਿਆ ਸੀ, ਨੋਟ ਦਾ ਮੁੱਕ ਗਿਆ, ਤਾਂ 100 ਦਾ ਨੋਟ ਦੀ ਬੜੀ ਵੈਲਿਊ ਸੀ। ਬਾਕੀ ਵੱਡੀ ਗੱਲ ਕਹਿੰਦਾ 100 ਰੁਪਏ ਪੂਰਾ ਮੁਕਾ ਕੇ ਵਾਪਸੀ ਪੈਦਲ ਘਰ ਆਇਆ, ਪੈਦਲ ਘਰ ਆਇਆ, ਵੇਖੋ ਜ਼ਰਾ। ਤੇ ਗੱਲ ਵਾਵਾ ਲੰਮੀ ਹੋ ਗਈ ਹੈ, ਵੀਡੀਓ ਵੀ ਲੰਮੀ ਹੋ ਗਈ ਹੈ, ਪਹਿਲੇ ਵੀ ਵੀਡੀਓ ਲੰਮੀ ਸੀ ਤੇ ਹੁਣ ਇਜਾਜ਼ਤ ਲੈਨੇ ਆ, ਕੋਈ ਅਗਲੀ ਵੀਡੀਓ ਦੇਖਨੇ ਆ। ਤੇ ਮਿੱਤਰੋ ਕਿਦਾਂ ਲੱਗਿਆ ਤੁਹਾਨੂੰ ਆਈ 100 ਦਾ ਨੋਟ? ਤੇ ਅਗਲੀ ਵੀਡੀਓ 'ਚ ਮਿਲਦੇ ਆ, ਰੱਖੋ ਆਪਣਾ ਬਹੁਤ ਸਾਰਾ ਖਿਆਲ, ਗੁੱਡ ਬਾਏ, ਅੱਲਾ ਹਾਫਿਜ਼। ਇਹ ਦੱਸਣ ਗੱਲ ਦੱਸਣ ਦਾ ਮਕਸਦ ਇਹ ਸੀ ਕਿ ਪੱਕ ਇੱਧਰ ਵੀ ਅਤੇ ਉੱਧਰ ਵੀ ਇਹ ਬੜੇ ਮਤਲਬ ਠੱਗਬਾਜ਼ੀਆਂ ਜਿਹੜੀਆਂ ਨਾ ਬੜੀਆਂ ਚੱਲਦੀਆਂ ਨੇ। ਆ ਬਾਹਰ ਕਿਹਨੂੰ ਮੌਤ ਪਈ ਹੈ, ਇਹਨੂੰ ਵੀ ਵੇਖ ਲੈ ਤੂੰ। ਅਗਲੀ ਵੀਡੀਓ 'ਚ ਮਿਲਦੇ ਹਾਂ ਯਾਰ, ਬਾਹਰ ਪਤਾ ਨਹੀਂ ਕਿਹੜਾ ਟੱਲੀਆਂ ਵਜਾਈ ਜਾਂਦਾ ਜੀ।